ਅਸੀਂ ਇੱਕ ਵਾਰੀ ਕਹਿੰਦੇ ਨੀ ਮੈਂ ਤੇਰੀਆਂ ਜੱਟ ਦਵਦਾ ਨਾ ਅਸੀਂ ਇੱਕ ਵਾਰੀ ਕਹਿੰਦੇ ਨੀ ਮੈਂ ਤੇਰੀਆਂ ਜੱਟ ਦਵਦਾ ਨਾ ਗੱਲਾਂ ਕਰੀ ਕੀੜੀਆਂ ਸੋ ਸਤਿ ਸ਼੍ਰੀ ਅਕਾਲ ਬਾਈ ਸਾਰਿਆਂ ਨੂੰ, ਹੋਪ ਸੋ ਸਾਰੇ ਜਾਣੇ ਬਿਲਕੁਲ ਠੀਕ ਹੋਵੋਗੇ। ਅੱਜ ਦੀ ਵੀਡੀਓ ਦੇ ਵਿੱਚ ਰਿਐਕਟ ਕਰਨ ਜਾ ਰਹੇ ਹਾਂ ਬਾਈ ਆਮ ਸੌਂਗ ਬਾਏ ਸੁੱਖਾ, ਅਤੇ ਮਿਊਜ਼ਿਕ ਹੈਗਾ ਪ੍ਰੋਡ GK ਦਾ, ਅਤੇ ਜਿਹੜੀ ਵੀਡੀਓ ਹੈਗੀ ਬਾਈ ਵੀਡੀਓ ਬਣਾਈ ਆ ਰਿਵਾਈਵ ਫਿਲਮਸ ਨੇ, ਸੋ ਘੈਂਟ ਹੋਊਗੀ ਬਾਈ ਵੀਡੀਓ ਰਿਵਾਈਵ ਵਾਲੇ ਬਾਈ ਘੈਂਟ ਕੰਮ ਕਰਦੇ ਆ। ਅਤੇ ਰਿਟਨ ਬਾਏ SHXB, ਅਤੇ ਬਾਈ ਇਹ ਗਾਣਾ ਵੈਸੇ ਆਪਾਂ ਪਹਿਲਾਂ ਵੀ ਸੁਣਿਆ ਬਾਈ ਦੀ EP ਦੇ ਵਿੱਚ ਹੀ ਸੀਗਾ ਇਹ ਗਾਣਾ, ਗਾਣਾ ਘੈਂਟ ਲੱਗਿਆ ਸੀਗਾ ਮੈਨੂੰ, ਅਤੇ ਐਵੇਂ ਤੁਹਾਨੂੰ ਕਹਿੰਦਾ ਬਾਲੇ ਯਾਰ ਨਹੀਂ ਮੈਂ ਸੁਣਿਆ, ਜਿਹੜਾ 8 ਅਸਲੇ ਗਾਣਾ ਸੀ ਉਹ ਮੈਂ ਕਾਫੀ ਯਾਰ ਸੁਣਿਆ ਸੀਗਾ ਰਿਪੀਟ 'ਤੇ, ਇਹ ਮੈਂ ਬਾਲੇ ਯਾਰ ਨਹੀਂ ਸੁਣਿਆ, ਪਰ ਮੈਨੂੰ ਪਤਾ ਵੀ ਆਹ ਗਾਣਾ ਵੀ ਘੈਂਟ ਸੀਗਾ ਆਰਮਡ, ਅਤੇ ਥੋੜ੍ਹਾ ਬਹੁਤ ਸੁਣਿਆ ਸੀਗਾ ਮੈਂ ਇਹ। ਅਤੇ ਆਪਾਂ ਵੀਡੀਓ ਆ ਚੁੱਕੀ ਆ ਬਾਈ ਇਹ ਗਾਣੇ ਦੀ, ਅਤੇ ਮਤਲਬ ਮੇਰੇ ਹਿਸਾਬ ਨਾਲ ਕੱਲ੍ਹ ਆਈ ਹੈਗੀ ਹਾਂ ਵੀਡੀਓ, ਅਤੇ ਬਣਾਉਣ ਜਾ ਰਹੇ ਹਾਂ ਬਾਈ ਰਿਐਕਸ਼ਨ ਇਹਦੇ 'ਤੇ, ਦੇਖਦੇ ਹਾਂਗੇ ਬਾਈ ਵੀ ਕੀ ਹਿਸਾਬ ਕਿਤਾਬ ਆ, ਕਿਹੋ ਜਿਹੀ ਹੁੰਦੀ ਆ ਵੀਡੀਓ। ਸੋ ਬਿਨਾਂ ਟਾਈਮ ਖਰਾਬ ਕੀਤੇ ਸ਼ੁਰੂ ਕਰਦੇ ਹਾਂ ਅੱਜ ਦੀ ਇਹ ਵੀਡੀਓ। ਵੀਡੀਓ ਦਾ ਥੀਮ ਜਾਂ ਬਈ ਬਲੈਕ ਜਾਂ ਹੋਣ ਵਾਲਾ ਗਾ, ਡਾਰਕ ਡਾਰਕ ਜਾਂ ਥੀਮ ਹੋਣ ਜਾ ਰਿਹਾ ਗਾ ਵੀਡੀਓ ਦਾ। ਉਹ ਜਾ ਕੇ ਪੁੱਛ ਲਈ ਕਿ ਚਿਹਰੀਆਂ ਕੀ ਥਾਣੇ ਨੀ, ਉਹ ਟੋਹਰ ਮਿੱਤਰਾਂ ਦੀ ਕੱਲਾ ਕੱਲਾ ਜਾਣੇ ਨੀ, ਉਹ ਰਹਿੰਦਾ ਟੱਬ ਚਿਰ ਕਾਨੇ ਢੂਲ ਮੌਤ ਦਾ, ਉਹ ਬਹਿ ਜਾ ਗੱਡੀ ਵਿੱਚ ਦੇਖੂ ਕਿਹੜਾ ਰੋਕਦਾ, ਉਹ ਤਾੜ ਤਾੜ ਦਿਖੀ ਚੱਲਣੇ ਆ ਫੈਰਨੀ ਨੀ ਬਿੱਲੋ ਤੇਰੇ ਸ਼ਹਿਰ ਨੀ ਲਿਆ ਉਦੂ ਜੱਟ ਨੇਰੀਆਂ, ਬਸ ਇੱਕ ਵਾਰੀ ਕਹਿੰਦੇ ਨੀ ਮੈਂ ਤੇਰੀਆਂ ਜੱਟ ਦਵਦਾ ਨਾ ਗੱਲਾਂ ਕਰੇ ਕਿਹੜੀਆਂ, ਬਸ ਇੱਕ ਵਾਰੀ ਕਹਿੰਦੇ ਨੀ ਮੈਂ ਤੇਰੀਆਂ ਜੱਟ ਦਵਦਾ ਨਾ ਗੱਲਾਂ ਕਰੇ ਕਿਹੜੀਆਂ। ਮੈਨੂੰ ਇਹ ਗਾਣੇ ਦੀ ਹੁੱਕ ਲਾਈਨ ਬਹੁਤ ਘੈਂਟ ਲੱਗੀ ਯਾਰ, ਪਹਿਲਾਂ ਵੀ ਘੈਂਟ ਲੱਗੀ ਸੀ ਜਾਣੀ ਕਿ ਮੈਂ ਸੁਣੀ ਆ ਪਹਿਲਾਂ ਵੀ, ਅਤੇ ਇਹੀ ਚੀਜ਼ ਕਰਕੇ ਮੈਨੂੰ ਗਾਣਾ ਘੈਂਟ ਲੱਗਿਆ ਸੀ ਇਹ। ਅਤੇ ਬਾਕੀ ਜਿਹੜੀ ਵੀਡੀਓ ਹੈਗੀ, ਵੀਡੀਓ ਬਾਈ ਮੇਰੇ ਹਿਸਾਬ ਨਾਲ ਹੁੱਡ ਕਲਚਰ ਜਾਂ ਦਿਖਾਇਆ ਗਿਆ ਹੈ ਨਾ, ਸਾਰਾ ਕਾਲਿਆਂ ਵਾਲਾ ਸਿਸਟਮ, ਅਤੇ ਉਸੇ ਤਰ੍ਹਾਂ ਦੀ ਉਸੇ ਟਾਈਪ ਜੀ ਇਹਦੀ ਵੀਡੀਓ ਆ। ਯਾਰ ਬੀਟ ਦੇਖੋ ਕਿੰਨੀ ਘੈਂਟ ਆ ਬਾਈ ਯਾਰ, ਪ੍ਰੋਡ ਜੀ ਕੇ ਸਿਰੇ ਹੀ ਕਰਾਉਂਦਾ ਬੰਦਾ। ਮੈਂ ਜਿੰਨੇ ਯਾਰ ਵੀ ਜਿੰਨੇ ਵੀ ਗਾਣੇ ਸੁਣੇ ਆ ਨਾ ਪ੍ਰੋਡ ਜੀ ਕੇ ਬਾਈ ਦੀ, ਜਿਹਦੇ ਵਿੱਚ ਜਿਹਦਾ ਮਿਊਜ਼ਿਕ ਬਾਈ ਦਾ ਹੁੰਦਾ ਹੈ ਨਾ ਪ੍ਰੋਡ ਜੀ ਕੇ ਦਾ, ਮੈਨੂੰ ਸਾਰੀ ਘੈਂਟ ਲੱਗੇ ਯਾਰ, ਬੀਟਾਂ ਸਿਰੇ ਹੀ ਕਰਾਉਂਦਾ ਬੰਦਾ। 8 ਅਸਲੇ ਦਾ ਵੀ ਸ਼ਾਇਦ ਮਿਊਜ਼ਿਕ ਬਾਈ ਨਹੀਂ ਬਣਾਇਆ ਸੀਗਾ, ਅਤੇ ਸਿਰਾ ਯਾਰ ਬੀਟ ਬਾਈ ਐਂਡ ਕਰਾਉਂਦਾ ਬੰਦਾ। ਨੈੱਟ ਬਹਿ ਕੇ ਕਰਦੇ ਸੀ ਚੈਟ ਤੇ, ਉਹ ਸਾਲੇ ਕੱਲ ਹੀਰ ਕਾਨੇ ਨੀ ਮੈਂ ਫੈਂਟਦੇ, ਫਿਰ ਪੈ ਗਈਆਂ ਸਨੈਪ ਤੇ ਸਟੋਰੀਆਂ, ਮੋਰ ਬੱਲੀਏ ਬਣਾ ਕੇ ਗੈਂਗਾਂ ਤੋਰੀਆਂ, ਹੋ ਗਈ ਵਾਇਰਲ ਕਲਿੱਪ ਨਾਲ ਲੱਗਿਆ ਸੀ ਹਿੱਪ ਕੱਢ ਹਵਾ ਚ ਚਲਾਈਆਂ ਜਦ ਗੋਲੀਆਂ, ਬਸ ਇੱਕ ਵਾਰੀ ਕਹਿੰਦੇ ਨੀ ਮੈਂ ਤੇਰੀਆਂ ਜੱਟ ਦਵਦਾ ਨਾ ਗੱਲਾਂ ਕਰੇ ਗੱਲਾਂ ਕਰੇ, ਬਸ ਇੱਕ ਵਾਰੀ ਕਹਿੰਦੇ ਨੀ ਮੈਂ ਤੇਰੀਆਂ ਜੱਟ ਦਵਦਾ ਨਾ ਗੱਲਾਂ ਕਰੇ ਕਿਹੜੀਆਂ।
ਬਸ ਇੱਕ ਵਾਰੀ ਕਹਿ ਦੇਣੀ ਮੈਂ ਤੇਰੀ ਯਾਰ। ਖਤਰਨਾਕ ਯਾਰ ਵੀਡੀਓ ਕੈਂਟ ਸੀਗੀ, ਪਰ ਮੈਨੂੰ ਬਾਈ ਪਹਿਲਾਂ ਵਾਲੇ ਗਾਣੇ 'ਚ ਵੀ ਇਹੀ ਕਮੀ ਲੱਗੀ ਸੀ, ਅਤੇ ਇਹ ਗਾਣੇ 'ਚ ਵੀ ਬਾਈ ਗਾਣਾ ਪੂਰਾ ਘੈਂਟ ਆ, ਅੱਠ ਅਸਲੇ ਵੀ ਸਿਰਾ ਸੀ ਗਾਣਾ, ਪਰ ਗਾਣਾ ਛੋਟਾ ਬਹੁਤ ਬਣਾਉਂਦਾ ਬਾਈ, ਹੈ ਨਾ, 2 ਮਿੰਟ 4 ਸਕਿੰਟ ਦਾ ਗਾਣਾ ਸੀਗਾ ਇਹ, ਅਤੇ ਜਦੋਂ ਉਹਨੂੰ ਸਵਾਦ ਆਉਣ ਲੱਗਦਾ ਹੈ ਨਾ ਉਦੋਂ ਨੂੰ ਗਾਣਾ ਖਤਮ ਹੋ ਜਾਂਦਾ, ਅਤੇ ਜਿਹੜਾ 8 ਅਸਲੇ ਗਾਣਾ ਸੀਗਾ ਉਹ ਸੀਗਾ 2 ਮਿੰਟ 41 ਸਕਿੰਟ ਦਾ, ਹੈ ਨਾ, ਥੋੜ੍ਹੇ ਜਿਹੇ ਵੱਡੇ ਹੋਣੇ ਚਾਹੀਦੇ ਗਾਣੇ, ਪਤਾ ਨਹੀਂ ਯਾਰ ਗਾਣਾ ਘੈਂਟ ਹੁੰਦਾ ਤਾਂ ਕਰਕੇ ਆਪਾਂ ਨੂੰ ਐਂ ਲੱਗਦਾ ਵੀ ਹੈ ਨਾ ਛੇਤੀ ਖਤਮ ਹੋ ਗਿਆ, ਥੋੜ੍ਹਾ ਜਿਹਾ ਹੈ ਵੀ ਛੋਟਾ ਯਾਰ, 4 ਕੁ ਮਿੰਟ ਦਾ ਤਾਂ ਹੋਵੇ ਗਾਣਾ, ਹੈ ਨਾ, 3.5-4 ਮਿੰਟ ਦਾ ਤਾਂ ਹੋਵੇ ਹੈ ਨਾ ਗਾਣਾ, ਅਤੇ ਫਿਰ ਜ਼ਿਆਦਾ ਸਵਾਲ ਆਉਂਦਾ ਗਾਣਾ ਸੁਣਨ ਦਾ, ਅਤੇ ਬਾਕੀ ਮਿਊਜ਼ਿਕ ਵਗੈਰਾ ਦਾ ਯਾਰ ਇਹਨਾਂ ਦਾ ਵਾਰ ਵੂਰ ਦਾ ਚੱਕਰ ਹੁੰਦਾ ਹੈਗਾ ਕੋਈ, ਹੈ ਨਾ, ਤਾਂ ਉਹ ਵੀ ਮਤਲਬ ਇਹਨਾਂ ਨੇ ਵਾਰ ਸਲਿਮਟ ਕਰਨਾ ਹੁੰਦਾ ਹੈਗਾ, ਇਹ ਜਿਹਾ ਕੁਛ ਵੀ ਹੋ ਸਕਦਾ ਹੈਗਾ, ਅਤੇ ਬਾਕੀ ਬਾਈ ਨੂੰ ਪਤਾ ਹੈ ਨਾ ਵੀ ਕੀ ਹਿਸਾਬ ਕਿਤਾਬ ਆ, ਪਰ ਕੁੱਲ ਮਿਲਾ ਕੇ ਵਾਈਬ ਸਿਰਾ ਸੀਗੀ ਗਾਣੇ ਦੀ, ਫੁੱਲ ਸਵਾਦ ਆਇਆ ਗਾਣਾ ਸੁਣਨ ਦਾ ਬਾਈ, ਅਤੇ ਗਾਣਾ ਤਾਂ ਘੈਂਟ ਹੈਗਾ ਹੀ ਹੈਗਾ ਸੀਗਾ, ਵੀਡੀਓ ਸਿਰਾ ਸੀਗੀ, ਅਤੇ ਸਾਰਾ ਮਤਲਬ ਕਾਲਿਆਂ ਵਾਲਾ ਕਲਚਰ ਜਿਹਾ ਦਿਖਾਇਆ ਗਿਆ ਜੀ, ਹੁੱਡ ਕਲਚਰ ਹੈ ਨਾ, ਸਾਰੀ ਮੰਡੀਰ ਇਕੱਠੀ ਕਰਕੇ, ਅਤੇ ਘੈਂਟ ਲੱਗਦੇ ਆਪਣੇ ਪੰਜਾਬੀ ਮੁੰਡੇ ਜੱਚਦਿਆ ਬਾਈ ਇਹ ਚੀਜ਼ ਦੇ ਵਿੱਚ ਵੀ, ਅਤੇ ਘੈਂਟ ਸੀ ਯਾਰ ਕੰਮ, ਤੁਸੀਂ ਦੱਸੋ ਬਾਈ ਤੁਹਾਨੂੰ ਗਾਣਾ ਕਿਵੇਂ ਲੱਗਿਆ, ਵੀਡੀਓ ਘੈਂਟ ਸੀਗੀ ਗਾਣੇ ਦੀ, ਰਿਵਾਈਵ ਫਿਲਮਸ ਵਾਲਿਆਂ ਨੇ ਬਹੁਤ ਵਧੀਆ ਕੰਮ ਕੀਤਾ, ਐਡੀਟਿੰਗ ਬਹੁਤ ਵਧੀਆ ਕੀਤੀ ਗਈ ਸੀਗੀ, ਜਿਹੜੀਆਂ ਫੋਟੋਆਂ ਹੀ ਲੱਗੀਆਂ ਗਈਆਂ ਹੈ ਨਾ ਜੋੜ ਕੇ ਇੱਕ ਦੂਜੀ 'ਤੇ ਡਿੱਗਦੀ ਸੀ ਫੋਟੋ 'ਤੇ ਸਾਊਂਡ ਜਿਹਾ ਆਉਂਦਾ ਸੀਗਾ, ਅਤੇ ਘੈਂਟ ਸੀਗੀ ਚੀਜ਼ ਉਹ, ਅਤੇ ਬਾਕੀ ਤੁਸੀਂ ਦੱਸੋ ਤੁਹਾਨੂੰ ਗਾਣਾ ਕਿਵੇਂ ਲੱਗਿਆ, ਵਧੀਆ ਲੱਗਿਆ ਲਾਈਕ ਕਰ ਦਿਓ ਬਾਈ, ਚੈਨਲ ਨੂੰ ਕਰ ਦਿਓ ਸਬਸਕ੍ਰਾਈਬ, ਫਿਰ ਮਿਲਾਂਗੇ ਨਵੀਂ ਵੀਡੀਓ ਦੇ ਨਾਲ, ਥੈਂਕਸ ਫੋਰ ਵਾਚਿੰਗ ਗਾਈਸ। Give me your mic without a wire. Sounds steadily, sounds steadily.